ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੇ ਵਿੱਚ ਤੇ ਨਵੇਂ ਵਲੌਗ ਦੇ ਵਿੱਚ। ਉਮੀਦ ਆ ਤੁਸੀਂ ਘੈਂਟ ਹੋਵੋਗੇ, ਦੇਖ ਰਹੇ ਹੋਵੋਗੇ ਵੀ ਕਿਵੇਂ ਸਵੇਰੇ ਸਵੇਰੇ ਕਿੱਧਰ ਨੂੰ ਚੱਲਿਆ ਤੇ ਟਾਈਮ ਹੋ ਗਿਆ 7:45 ਦਾ ਤੇ ਮੈਂ ਚੱਲਿਆ ਪਟਿਆਲੇ। ਮੈਂ ਤੇ ਕਰਮਨ ਨੂੰ ਵੀ ਨਹਾਉਂਦੇ ਬਿਠਾ ਕੇ ਲਿਆ ਕਿਉਂਕਿ ਅੱਜ ਬਣਾ ਰਹੇ ਅਸੀਂ ਵੀਡੀਓ। ਵੀਡੀਓ ਦੇ ਵਿੱਚ ਤੁਹਾਨੂੰ ਪਤਾ ਫਿਰ ਸਵੇਰੇ ਜਲਦੀ ਵੀ ਉੱਠਣਾ ਪੈਂਦਾ ਤੇ ਬਹੁਤ ਕੰਮ ਹੁੰਦੇ ਨੇ, ਕਦੇ ਕਿਸੇ ਨੂੰ ਲਿਆਓ, ਕਦੇ ਜਿਹੜੇ ਆਪਣੇ ਆਉਂਦੇ ਹੁੰਦੇ ਨੇ ਨਾ ਫੀਮੇਲ ਆਉਂਦੇ ਹੁੰਦੇ ਨੇ ਮਾਡਲ ਆਉਂਦੇ ਹੁੰਦੇ ਨੇ ਉਹਨਾਂ ਨੂੰ ਵੀ ਲੈ ਕੇ ਆਉਣਾ ਪੈਂਦਾ। ਟੈਂਟ ਬਹੁਤ ਕੁਛ ਕਰਨਾ ਪੈਂਦਾ ਯਾਰ, ਬਹੁਤ ਜ਼ਿਆਦਾ ਕੁਛ, ਇੱਕ ਦੋ ਦਿਨ ਪਹਿਲਾਂ ਹੀ ਤਿਆਰੀਆਂ ਚੱਲ ਪੈਂਦੀਆਂ ਹੁੰਦੀਆਂ ਨੇ। ਪੂਰੀ ਘੈਂਟ ਵੀਡੀਓ ਬਣੂੰਗੀ, ਪਰ ਘੈਂਟ ਵੀਡੀਓ। ਤੇ ਹੁਣ ਮੈਂ ਆਇਆ ਬਾਠ ਨੂੰ ਬਿਠਾਉਣ, ਜਿਹੜਾ ਆਪਣਾ ਰਾਈਟਰ ਆ, ਦੇਖਦਾ ਉਹਨੂੰ ਲੱਭਦਾ ਕਿੱਥੇ ਆ ਹੋਊਗਾ। ਤੇ ਅੱਜ ਦੇ ਟਾਈਮ ਚ ਬੱਸਾਂ ਵੀ ਨਾ ਪਟਿਆਲੇ ਆ ਕੇ ਰੁਕਦੀਆਂ ਨੇ, ਕਿਤੇ ਰੁਕਦੀਆਂ ਵੀ ਨੀ ਹੈਗੀਆਂ। ਹੁਣ ਦੇਖੋ ਆਪਣੇ ਪਿੰਡ ਦੇ ਬਿਲਕੁਲ ਮੂਹਰ ਦੀ ਬੱਸ ਆਈ ਹੈ ਤੇ ਉੱਧਰ ਢੰਡੀ ਵਾਲੇ ਬਾਬੇ ਦਾ ਗੁਰਦੁਆਰਾ ਜਿਹੜਾ ਉੱਥੋਂ ਦੀ ਸਾਹਮਣੇ ਗਈ, ਪਰ ਕਿਤੇ ਨੀ ਰੋਕਦੇ ਹੈਗੇ, ਪਟਿਆਲੇ ਹੀ ਰੋਕਦੇ ਨੇ ਆ ਕੇ ਬੱਸਾਂ। ਤੇ ਚਲੋ ਮਿਲਦੇ ਆ, ਅੱਜ ਘੈਂਟ ਵਲੌਗ ਬਣਾਉਣੇ ਆ, ਪੂਰਾ ਪੂਰੀਆਂ ਲੱਗਣਗੀਆਂ ਰੌਣਕਾਂ, ਸਾਰੇ ਇਕੱਠੇ ਹੋ ਰਹੇ ਹਾਂ, ਬਣੇ ਰਹੋ ਵਲੌਗ ਦੇ ਵਿੱਚ। ਆ ਗਿਆ ਬੜਾ ਦਾ ਮੂੰਹ ਮਾਨ ਖਚਾਈ ਵਰਦਾ ਓਏ, ਫਰੰਚ ਫਰੰਚ ਰਕਾਈ ਵਰਦਾ ਪੂਰਾ ਕੱਲ ਪੁਰ ਪੂਰਾ ਕੰਮ ਹੁੰਦਾ ਹੈ। ਉਹ ਯਾਰ ਗਲਤ ਕਰਤੀ ਉਹਨੇ ਕੀ ਕਰਤੀ? ਮੇਰੀ ਨਾ ਪੁਰਾਣੀ ਫੋਟੋ ਪਾਈ ਸੀ ਇੰਸਟਾ ਤੇ, ਹਾਂ ਉਹ ਫੋਟੋ ਕਿਤੇ ਮੇਰੇ ਨਾਲ ਐਡ ਸੀ ਬੰਦਾ, ਉਹ ਫੋਟੋ ਦੇਖ ਕੇ ਜਿਵੇਂ ਉਹਤੇ ਸੀ ਉਵੇਂ ਕਰਤੀ। ਅੱਛਾ, ਗੱਲ ਕਰ ਕਲੀਨ ਸ਼ੇਵ ਨਹੀਂ ਕੀਤੀ, ਬਚ ਗਿਆ ਉਧਰ ਟੀਵੀ 'ਚ ਸ਼ੇਪ ਵਾਲੀ ਕੰਮ ਕਰਿਆ ਪਿਆ। ਉਹ ਤਾਂ ਚੰਗੀ ਭਲੀ ਤੇਰੇ ਇੰਨੀ ਸੋਹਣੀ ਦਾੜੀ ਹੈ। ਚਲੋ ਜੀ ਮਿਲਦੇ ਹੁਣ ਅੱਗੇ ਜਾ ਕੇ। ਇੱਧਰ ਲੱਗ ਰਿਹਾ ਫੌਜੀ ਸਾਹਿਬ ਆਪਣੇ, ਚੱਲਦਾ ਹੀ ਰਹਿੰਦਾ ਇੱਧਰ ਆਪਣੇ ਏਰੀਆ ਦੇ ਵਿੱਚ ਤਾਂ ਫੌਜੀਆਂ ਦਾ ਕੰਮ ਚੱਲਦਾ ਹੀ ਰਹਿੰਦਾ ਕਿਉਂਕਿ ਇੱਧਰ ਸਾਰਾ ਫੌਜੀ ਏਰੀਆ ਨਾ। ਡਾਕਟਰ ਆਇਆ ਹੋਇਆ ਭਾਈ, ਡਾਕਟਰ ਹਰਮਨ ਸਿੰਘ। ਇਹ ਬੰਦਾ ਦਵਾਈਆਂ ਟਾਈਮ ਤੇ ਲੈ ਨਹੀਂ ਰਿਹਾ, ਤੜਕੀ ਦੇਖ ਲਵਾ ਜਾਂਦਾ ਆ ਵੀ ਬੀਪੀ ਚੈੱਕ ਕਰਦੇ ਜਿਹੜੇ ਦਵਾਈਆਂ ਨੇ ਬਾਈ। ਐਂ ਰੱਖੋ ਸਰ, ਐਂ ਬੀਪੀ ਬਾਈ ਬਹੁਤ ਵਧਣ ਲੱਗ ਗਿਆ ਅੱਜ ਕੱਲ੍ਹ, ਦੇਖ ਲਿਆ ਬੀਪੀ ਕਿੰਨਾ ਆ। ਅਵਤਾਰ ਸਿੰਘ ਸਰੀਰ ਬਿਲਕੁਲ ਫਰੈਸ਼ ਫਰੈਸ਼ ਫੀਲ ਕਰਦਾ ਤੂੰ। ਅਸਲੀ ਐਕਟਰ ਵਾਲੀਆਂ ਫੀਲਿੰਗਾਂ, ਜਿਹੜੇ ਅਵਤਾਰ ਹੁੰਦੇ ਨੀ ਐਕਟਰ, ਦੇਖ ਆਇਆ ਉਰੇ ਤਿਆਰ ਵਿਆਰ ਦੇਖੋ ਬਾਈ ਹੈ ਨਾ, ਤੁਸੀਂ ਤਿਆਰ ਹੋ ਕੇ ਦੇਖੋ। ਇਹ ਬੰਦਾ ਸਪੈਸ਼ਲ ਤਿਆਰ ਦੇਖਾ ਰੀਲਾਂ ਕਰਕੇ ਹੋ ਗਿਆ, ਦੇਖ ਲੋ ਇੰਸਟਾਗ੍ਰਾਮ ਤੇ ਰੀਲਾਂ ਕਰਕੇ ਦੇਖ ਲਾ ਮੂੰਹ ਰੰਗ ਜਚ ਰਿਹਾ ਆਪਣੇ ਨੀ ਜਚਦੇ ਹਨਾ, ਜਚ ਰਹੀ ਹੈ ਜੱਟ ਦੇ ਗੱਲ ਨੀ। ਇਹ ਲਿਆਇਆ ਵੀ ਨਵੀਆਂ, ਦੋਵੇਂ ਚੀਜ਼ਾਂ ਤੈਨੂੰ ਦੱਸਤੀ ਮੈਂ, ਪੈਂਟ ਵੀ ਕਮੀਜ਼ ਵੀ ਦੋਨੇ ਚੀਜ਼ਾਂ ਨਵੀਆਂ ਨੇ ਪੁਰਾਣੀਆਂ। ਲਓ ਬਈ ਮੁਲਤਾਨੀ ਪਹੁੰਚ ਗਿਆ ਅਮੈਰੀਕਾ ਤੇ ਮੁਲਤਾਨੀ ਨਾਲ ਹੋ ਰਹੀ ਹੈ ਗੱਲ। ਆ ਦੇ ਕੜਾ ਤੇ ਫਈ ਮੁਲਤਾਨੀ, ਆ ਦੇ ਕੜਾ ਲਾ ਰਖਿਆ 7-8 ਮਹੀਨੇ ਰਹੂਗਾ। ਅੱਛਾ, ਲੱਤ ਦੇ ਉੱਤੇ ਕਿਉਂ? ਇਹ ਕਹਿੰਦਾ ਉੱਥੇ ਬਸ ਵੀ ਕੋਈ ਭੱਜੇ ਭੁੱਜੇ ਨਾ। ਅੱਛਾ ਅੱਛਾ, ਬੋਲਦਾ ਵੀ ਆ। ਦੇਖ ਲਾ ਬਾਈ ਸਾਰੇ ਹੁਣ ਬੀਪੀ ਦਾ ਹੋ ਗਿਆ, ਦੇਖ ਲਾ ਸਾਰੇ। ਕਿਉਂ ਪੈ ਰਿਹਾ ਰੂਬ ਵੀਡੀਓ ਦੇ ਵਿੱਚ? ਸੀਨ ਆ ਸੀਨ, ਘਾਤਕ ਸੀਨ ਪੂਰਾ ਸਿਰਾ, ਬਾਲ ਵੀ ਚਿੱਟੇ ਚਿੱਟੇ ਹੋ ਗਏ, ਮੁੱਛਾਂ ਵੀ ਚਿੱਟੀਆਂ ਹੋ ਗਈਆਂ ਤੇ ਘੈਂਟ ਵੀਡੀਓ ਬਣ ਰਹੀ ਹੈ ਤੇ ਤੁਹਾਨੂੰ ਮਿਲਾਉਣੇ ਆ ਬਾਕੀ ਸਾਰਿਆਂ ਨਾਲ ਜਿਹੜੇ ਜਿਹੜੇ ਵੀ ਆਏ ਹੋਏ ਨੇ, ਅੱਗੇ ਮਿਲਦੇ ਆ। ਲਓ ਜੀ ਤੇ ਉੱਧਰ ਵੀਡੀਓ ਬਣ ਰਹੀ ਆ, ਰੋਟੀ ਪਕਾਉਣ ਦਾ ਪੰਗਾ ਪੈ ਗਿਆ, ਰੋਟੀ ਆਉਂਦੀ ਨਹੀਂ ਹੈਗੀ ਇਹਨਾਂ ਨੂੰ। ਪਹਿਲਾਂ ਤਾਂ ਇਹ ਕਹਿੰਦੇ ਸ਼ਹਿਰੀ ਕੀ ਰੋਟੀ ਨਹੀਂ ਖਾਂਦੇ, ਹੁਣ ਦੇਖੋ ਰੋਟੀ ਬਣ ਨਹੀਂ ਰਹੀ ਤੁਹਾਡੇ ਤੋਂ।
ਲੋ ਵੀ ਵੀਡੀਓ ਦਾ ਸ਼ੂਟ ਹੋ ਗਿਆ ਫਿਨਿਸ ਮੈਂ ਅਮਰਾ ਮੈਂ ਤਿੰਨ ਗੋਲੀਆਂ ਵੱਜੀਆਂ ਨੇ ਮੇਰੇ ਪਰ ਕੋਈ ਚੱਕਰ ਨਹੀਂ ਹੋਇਆ नाग वाली नागमणि मिली यार मनु उधर कहा यार इंट्रोडक्शन नवे बंद हां जी अज साडे वीडियो दे विच पधारे ने कुड़ी दी बहुत सोहनी एक्टिंग आ मेरे सारे नवे मेंबरां नाल वीडियो दे विच जिहड़े अरमन टीम दे वीडियो ब्लॉग दे विच भी आ गए हां जी दसो नाम अपना अनु चौधरी हिंदी इहनां दी बहुत हिंदी वीडियो भी कदे बनावांगे जे लोड पई हिंदी इहनां नूं आउंदी वैसे इहनां नूं असीं पंजाबी सिखा दईए जदों तक हिंदी वीडियो आउगी ओह इहनां नूं भुला दांगे ते इधर मला बहुत सोहनी एक्टिंग है इहनां दी साडे सीनियर एक्टर बहुत ज्यादा वधिया एक्टिंग हरमन बाठ इतने हरमन भी है उधर बाठ भी बैठा तो साडे दोनों मिला के एक ने हरमन भी दो ते बाठ भी हाँ दो जने फिर हुण कमाल होने वाला वीडियो दे विच दस दो तुसीं इंस्टाग्राम ते इन्हां दी आईडी है उत्थों देख रहे हो ठीक है अनु चौधरी बहुत वधिया एक्टिंग कीती भाई ते टाइम हुण 5 बज रहे ने ते साडी वीडियो हुण सानूं छुट्टी होई है इधर बैठी है सारी टीम बिट्टू अज फिर आ गया बिट्टू नू बुला लिया जी नहीं लगे साडा भी भाई साडा जी नहीं लगता है इधर जंटे ने अज मैनू चक ही लिया अवतार नू ते चलो जी मिलते हैं हुण अगे लो भी वीडियो खत्म हो गए हुण आया हवा च क्यों जसे भाई जसे किवें करता फिर वीडियो ने गर्मी का वीडियो सिरा बन गया ना धमाके पैन गए धमाके पूरे मानो कप्तान ले वो मेरे लिए भी आ गया अज तल गर्मी वाली मान दिया बस लागी टावर लागी कोई पार्टी नहीं हैगी साडियां रोज दियां पार्टियां ने कपड़े चेंज करके इधर नूं आ गए क्योंकि पटियाले थोड़ा कम सीगा सूए जरा ली हो जंटा ना फिर दी स्टोरी देखे कंबल आ गया ऐवें बोलो भी मैनू कुत्ती कुत्ता दिख गया थी कुत्ता दिख गया थी डॉगी नी कुत्ता दिख गया थी इन्हें भाई कुत्ते दे चाव दे विच कॉफी भी नहीं पीती कहंदी मैनू कुत्ता दिख गया सी कहो कहो मड़े पंजाबी च कुछ कहो तू भी कहदे क्यूट ने थाडे डॉगी बहुत ज्यादा अच्छा अज इन्हों की सलाह सी कहते ले जाइए मां मां ये नहीं ले जा ये तो जमा भी नहीं ले जा सकते है देखो भाई उधर तो गोत्रा जंटा चढ़ाई तो इन्हों की है भाई देखो सीनियर एक्टर पुलिस वाले ते ना इधर आ भी जूनियर बैठा है
अवतार अज चढ़ाई थी ना पुलिस वाले दो जने बी देना चाहिए तेन पता ही पंजाबी च जूंडा हिंदी जूड़ा नहीं पंजाबी भी जूड़ा इन जूंडा कहते ने जूंडा जलेबी जूड़ा केड़ा जूंडा जलेबी जूड़ा केड़ा है पकौड़ा जूड़ा लगता है कहते गर्मी तो बचन दे जूड़े किते जांदे ने ले भाई करमन सिंह अज करमन सिंह भी नॉन वेज खाऊगा करमन खा के देख रोज खाएगा नहीं बोतल ले आ दे भाई बड्डे आंदे चाचे वर्गा बन जेगा जमी आ देख ला फिर आपदे चाचे ने ढिड वर्गा अज करमन कहना कहना मैं जब तक इतने रहूंगा बस उदो तक मूठा रहूं फिर कहना पांच बजे जाके भज गया करूं भज गया कर गया जंटे का भाई चेला बन गया जंटे बिगाड़ दू तेन जंटे का घंटा ना बहुत स्वाद आ क्यों बाट कि लगे देख वधिया अवतार सिंह अपन नूं तां फकरा पता मीट पर घट खांदा अवतार सिंह वधिया चलो भाई लै भाई इधर ए पता नहीं केड़े लच्छे परौंठे की हुंदे ने ओह खांदे ने बंदे हरियाणे वाले चलो मिलते हैं अगे अज सारे ने दुगनिया रोटिया खादिया ने सारे ने खादिया ने दुगनिया रोटिया मैं कोई डायलॉग बोला जंटा खा गया भाई 14 रोटियां जंटे ने 14 रोटियां खादिया ना 14 दो परौंठे क्यों हुण तुरिया भी नहीं जा रहा सब तो पिछे तुरे आ रहा देखो लो जी टाइम हो गया 7:09 इथे असि खा पी के हुण चले घर मिलदे फिर अगे जाके आ देख ला जो ना तेरा की लगता जंटा तेरा की लगता नहीं तेरा जो मास्टर लगता तू की लगता की हुंदा भाण जा भाण देख ला इज्जत हैगी आ सस दे पिंड आया चाह पानी दुध गत्ती लैके बार च खड़ा होना तू तो रोज खड़ा होना ले आओ डेरी पत्ती वर कदा आप पछड़ा है ओ पत्ती जो दे इनू का ड्रम धर दिए विच बाहर चलो जी मिलते अगे लो बई ते इधर फस गई गरारी सीसीडी दी आ दोए जने बई मूहरे बैठे ने ते टाइम हो गया 8:25 गोत्रा साहब ने याद कराया ते इधर बई ए दोए बंदे ने डार की है गरारी गोत्रा होया पे लाइव गोत्रे नाल जुड़िया होया 2 लाख बंदा घटो घट कितनी खुशी दी गल सामने सीसीडी सामने ਬਾਈ ਬਾਰੀ ਤਾਂ ਹੈਗੀ ਆ ਗੋਤਰੇ ਦੀ ਹੁਣ ਗੋਤਰੇ ਤੇਰੀ ਵਾਰੀ ਆ ਬਾਈ ਨਾ ਤੇਰੀ ਵਾਰੀ ਆ ਯਾਰ ਬਾਈ ਮੈਨੂੰ ਇੱਕ ਗੱਲ ਦੱਸਿਆ ਕਰੋ ਕਮੈਂਟਾਂ ਤੁਸੀਂ ਵੀ ਦੱਸਿਓ ਹਰਿਆਣੇ ਤੋਂ ਬੰਦਾ ਪੰਜਾਬ ਜਾਏ ਪੰਜਾਬ ਵਾਲਿਆਂ ਨੂੰ ਸੇਵਾ ਕਰਨੀ ਚਾਹੀਦੀ ਕਿ ਅਸੀਂ ਇੱਥੇ ਆ ਕੇ ਅਸੀਂ ਇਹਨਾਂ ਦੀ ਸੇਵਾ ਕਰੀਏ ਬਾਈ ਘਰੇ ਦੱਸ ਘਰੇ ਤੈਨੂੰ ਕੋਈ ਤੋੜ ਹੈ ਘਰੇ ਤੋੜ
ਗਾਣਾ ਨਾ ਲਾ, ਗਾਣਾ ਬੰਦ ਕਰ ਦੇ। ਲੇਡੀ ਆ ਤਾਂ ਆਹ ਜਿਹੜੀ ਆ ਲੇਡੀ ਪਤਾ ਨੀ ਕੀ ਕਹਿੰਦੇ ਨੇ ਬਾਈ, ਲੇਡੀ ਪਾਮ, ਲੇਡੀ ਪਾਮ, ਹਾਂ ਇਹੋ ਜਿਹਾ ਕੁਛ ਕਹਿੰਦੇ ਨੇ। ਹੈਲੋ ਬਾਈ, ਸਿੱਧੂ ਮੂਸੇਵਾਲਾ ਜਾਂ ਕਰਨ ਔਜਲਾ ਬਾਈ, ਦੋਵੇਂ ਬਾਈ। ਆਹ ਬੰਦਾ ਹੈਗਾ ਸਿਰੇ ਦਾ ਜਮੀ ਸਿੱਧੂ ਮੂਸੇਵਾਲੇ ਦਾ ਫੈਨ, ਜਮਾ ਬਾਈ ਪੂਰਾ ਕੱਟੜ, ਜਮੀ ਕੱਟੜ ਕਹਿੰਦੇ ਨੇ ਜਿਵੇਂ ਐਨ ਏ ਟੂ ਦੀ ਕਹਦਾ ਗਾਣੇ ਕਰਨ ਔਲੇ ਦੇ ਵੀ ਸੁਣਿਆ ਬਾਈ ਸਿੱਧੂ ਸਰਾ, ਜਮੀ ਸਰਾ 12 ਵਜੇ ਗਾਣਾ ਆਉਂਦਾ 12 4 ਤੇ 4 ਮਿੰਟ ਨਾਲ ਦੀ ਨਾਲ ਸੁਣ ਲਈਦਾ, ਤੂੰ ਨਾਲ ਦੀ ਨਾਲ, ਜਮਾ ਨਾਲ ਦੀ ਨਾਲ ਬਾਈ। ਦੇਖੋ ਇਹ ਯਾਰ, ਚਲੋ ਬਾਈ ਇਹਦੇ 12 ਵਜੇ ਜੌਬ ਤੇ ਹੁੰਨਾ ਬਾਈ, ਜੌਬ ਤੋਂ 5 ਮਿੰਟ ਦੀ ਬ੍ਰੇਕ ਲੈ ਕੇ ਗਾਣਾ ਸੁਣੀਦਾ ਆਰਾਮ ਨਾਲ। ਦੇਖਦੇ ਯਾਰ ਬਾਈ, ਕਮੈਂਟ ਪਤਾ ਕੀ ਆ, ਜੇ ਯਾਰ ਸਾਡੇ ਸਾਡੇ ਵੀ ਸਾਡੇ ਇਹੋ ਜਿਹੇ ਸਬਸਕ੍ਰਾਈਬਰ ਬਣ ਜਾਣ ਜਦੋਂ ਵਲੌਗ ਆਉਂਦਾ ਨਾਲ ਦੀ ਨਾਲ ਦੇਖਣ, ਕਿੰਨੀ ਵਧੀਆ ਗੱਲ ਹੈ ਯਾਰ। ਪੰਜਾਬ ਵਾਲੇ ਕਰਨ ਸੇਵਾ, ਹੁਣ ਦੱਸੋ ਵੀ ਨਾ ਵੀਰੇ, ਬਾਈ ਚਲੋ ਦੱਸੋ ਪੰਜਾਬ ਵਾਲੇ ਕਰਨ, ਪੰਜਾਬ ਵਾਲੇ ਕਰੀ ਨਹੀਂ ਪਹਿਲਾਂ, ਇੱਕ ਮਿੰਟ ਨਾ ਖੜ ਜਾ ਬਾਈ, ਲਾਈਵ ਇੱਧਰ ਕਰ, ਇੱਧਰ ਕਰ ਬਾਈ, ਜਿਹਨੇ ਕਿਹਾ ਜਿਹੜੇ ਪੰਜਾਬ ਵਾਲੇ ਕਹਿ ਰਹੇ ਹੋ ਵੀ ਸੇਵਾ ਕਰਨ, ਅੱਜ ਤੋਂ ਪੁੱਛ ਲਓ, ਮੁਰਗਾ ਬੱਕਰਾ ਹੁਣ ਛੱਕ ਕੇ ਆਇਆ ਹੈ, ਖਾ ਕੇ ਆਇਆ ਹੈ, ਹੁਣ ਹੁਣ ਬਾਰੀ ਬੱਕਰਾ ਕਿਉਂ ਲਾਨਾ ਪਿਆ ਫਿਰ ਵਿੱਚ, ਬੱਕਰਾ ਵੀ ਖਾਇਆ ਸੀ ਹੁਣ ਤੈਨੇ, ਨਹੀਂ ਖਾਇਆ ਸੀ ਕੀ ਕਰੀਏ, ਤੂੰ ਨਹੀਂ ਖਾਇਆ ਸੀ ਕੀ ਕਰੀਏ ਹੁਣ, ਇੱਕ ਮਿੰਟ ਪੰਜ ਜਣੇ ਜਿਹੜੇ ਕਹਿ ਦੇਣਗੇ ਨਾ ਵੀ ਪੰਜਾਬ ਵਾਲੇ ਸੇਵਾ ਕਰਨਗੇ, ਫਿਰ ਮੈਂ ਲਾਈਵ ਹੁੰਨਾ, ਪੰਜ ਜਣੇ ਫਿਰ ਮੈਂ ਲਾਈਵ ਹੁੰਨਾ, ਮੈਂ ਲਾਈਵ ਹੁੰਨਾ, ਮੇਰੇ ਚ ਕਹਾਂਗੇ, ਚੱਲ ਤੇਰੇ ਚ ਕਹਾਂਗੇ, ਦੇਖ ਲੈ ਪੰਜ ਜਣੇ, ਹਾਂ ਤੂੰ ਲਾਈਵ, ਹਾਂ ਪੱਕਾ, ਪਹਿਲੇ ਪੰਜ ਜਣੇ ਕਹਿ ਦੋ ਇੰਸਟਾਗ੍ਰam ਤੇ ਬਈ, harman.jatwan ਤੇ ਆ ਜਾਓ, ਉੱਥੇ ਪੈਣਗੇ ਧਮਾਕੇ ਇੰਸਟਾਗ੍ਰam ਤੇ ਮਲਤਾਨੀ। ਹੁਣ ਕੀ ਬਣੀ ਸਲਾਹ, ਕੀ ਆਇਆ ਕੋਫੀ, ਕੋਫੀ ਵੀ ਨਾ, ਚਾਬੀ ਚਾਬੀ ਨੂੰ ਜਾਣ ਨਹੀਂ ਦੇਣਾ ਅੱਜ, ਅੱਜ ਦੇਣਾ ਨਹੀਂ, ਪਰ ਰੱਖ ਤੂੰ ਆਪਦੇ ਕੋਲ, ਇਹ ਬੰਦੇ ਨੇ ਮੈਂ ਹੁਣ ਮੇਰੀ ਗੱਲ ਸੁਣ, ਪੰਜਾਬ ਵਾਲੇ ਤੇਰੀ ਸੇਵਾ ਕਰ ਰਹੇ ਨੇ, ਠੀਕ ਆ, ਉਹ ਤਾਂ ਪੰਜਾਬ ਗੋਤਰ ਹੀ ਆ, ਪੰਜਾਬ ਗੋਤਰ, ਆ ਹਰਿਆਣਾ ਗੋਤਰ, ਇਹ ਬਾਈ ਸੇਵਾ ਕਰਾਉਣੀ ਆਉਂਦਾ ਹੁੰਦਾ, ਸੇਵਾ ਕਰਾ ਕੇ ਨਾਲ ਦੀ ਨਾਲ ਰਾਤ 11 ਵਜੇ 12 ਵਜੇ ਉਹਦੀ ਨਿਕਲ ਜਾਂਦਾ, ਉਹਦੀ ਵਗ ਜਾਂਦਾ ਹਨਾ, ਆ ਦੇਖੋ ਅੱਜ 62 ਰਹੂਗਾ ਬੰਦਾ, ਇਹਨੂੰ ਕਿਹਾ, ਹਾਂ ਇਹਨੂੰ ਕਿਹਾ, ਤੇ ਆ ਦੇਖੋ ਬਾਈ ਸਾਡਾ ਸ਼ਰਮੀਲਾ ਮੁੰਡਾ, ਬਾਈ ਅੱਜ ਸਾਡੇ ਮਿਲੋ ਸ਼ਰਮੀਲੇ ਬੰਦੇ ਨੂੰ, ਦੇਖ ਇੰਨਾ ਸੋਹਣਾ ਸੁਨੱਖਾ ਸਾਡਾ ਮੁੰਡਾ, ਇਹ ਸ਼ਰਮਾਉਂਦਾ ਬਹੁਤ ਹੈ, ਦੇਖੋ ਹੁਣ ਵੀ ਸ਼ਰਮਾ ਰਿਹਾ ਪੂਰਾ, ਇਹਨੂੰ ਬੰਦੇ ਨੂੰ ਹੁਣ ਜਿਵੇਂ ਕਰਮਨ ਨੂੰ ਨਾ, ਕਰਮਨ ਨੂੰ ਹਰ ਟਾਈਮ ਨਾਲ ਰੱਖਦੇ ਐਵੇਂ, ਹਰ ਟਾਈਮ ਇਹਨੂੰ ਨਾਲ ਰੱਖ ਕੇ ਇਹਨੂੰ ਖੋਲਦੇ ਆ ਥੋੜਾ ਜਿਹਾ, ਖੋਲਦੇ ਦੱਸ ਮੈਂ ਦੱਸ, ਮੈਂ ਕਿਹਾ ਲੱਗ ਜਾਏਗਾ ਆਰਡਰ, ਕਹਿੰਦੇ ਲੱਗ ਜਾਏਗਾ ਆਰਡਰ, ਆ ਬੰਦੇ ਨੇ ਮਾਰਿਆ ਨਾ ਝੂਠ, ਹੈਂ ਨਹੀਂ ਹੁਣ ਤੇ ਨਾ ਕੀ ਆ ਜਾ, ਉਹ ਨਹੀਂ ਮੈਡਮ ਨੇ ਉਹਨੇ ਕਿਹਾ ਹੁਣ ਅਸੀਂ ਯਾਰ ਆਰਡਰਾਂ ਤੋਂ ਭੱਜਦੇ ਆ, ਹੈਂ ਆ ਜਾ ਸੰਤਾ ਰਹਿੰਦਾ ਕਲੋਰ ਦੱਸਦਾ, ਲਓ ਜੀ ਤੇ ਸੀਸੀਡੀ ਦੀ ਗਰਾਰੀ, ਸੀਸੀਡੀ ਦੀ ਗਰਾਰੀ, ਕੀ ਹਾਲ ਨੇ ਵੀਰੇ, ਚਲੋ ਵਧੀਆ ਬਾਈ, ਹਾਂ ਹਾਂ ਹਾਏ ਹਾਏ, ਇਹ ਬੰਦਾ ਹੁਣ ਇੱਥੇ ਨਹੀਂ ਪਤਾ, ਫੋਟੋਆਂ ਖਿਚਾਵੇ ਰੀਲਾਂ ਬਣਵਾਵੇ, ਸਵੇਰ ਦੀ ਇੱਕ ਰੀਲ ਲੈਣਾ ਫਿਰ ਬਣਾ ਲੈਂਦਾ ਬਾਈ, ਤੂੰ ਕਿਹੜਾ ਸਵੇਰ ਦਾ ਕੰਮ ਕਰ ਰਿਹਾ ਸੀ, ਟੇਬਲ ਤੇ ਯਾਦਾਂ ਨੇ ਮੇਰੀਆਂ ਬੜੀਆਂ, ਜਨਾ ਇੱਥੇ ਕਿੱਥੇ ਆ ਟੇਬਲ ਤੇ, ਅੱਛਾ ਇਹ ਕਮਾਲ ਦੀ ਗੱਲ ਹੈ ਯਾਰ, ਤੂੰ ਬੜੇ ਵਧੀਆ ਫਰੇਮ ਤੇ ਬੈਠਾ ਇੱਧਰ, ਓਏ ਫੋਟੋ ਬੜੀ ਵਧੀਆ ਆ ਰਹੀ ਹੈ, ਅੱਜ ਇਹ ਬੰਦੇ ਨੇ ਫੋਟੋ ਸ਼ੂਟ ਕਰਾਇਆ ਬਾਈ, ਆਏ ਹਾਏ, ਤੇ ਚਲੋ ਬਾਈ ਮਿਲਦੇ ਹਾਂ ਜੀ ਅੱਗੇ ਜਾ ਕੇ, ਬਾਈ ਮੇਰੀ ਗੱਲ ਸੁਣ, ਅਸੀਂ 7 ਜਣੇ ਆ, ਤੇਰੀ ਪਸੰਦ ਦੀ ਕੌਫੀ ਪੀਵਾਂਗੇ ਜਿਹੜੀ ਤੂੰ ਕਹੇਂਗਾ, ਕੋਲਡ 'ਚ ਦੱਸ ਕਿਹੜੀ ਪੀਏ, ਹੁਣ ਐਂ ਦੇਖ ਲਾ ਸਾਡੇ 7 ਦੇ ਮਨ ਨਾ ਤੋੜਦੀ ਬਾਈ, ਲੈ ਬਾਈ ਤੁਸੀਂ ਵੀ ਦੱਸਿਓ ਕਮੈਂਟ ਦੇ ਵਿੱਚ ਤੁਹਾਨੂੰ ਕੋਲਡ ਕੌਫੀ ਕਿਹੜੀ ਵਧੀਆ ਲੱਗਦੀ, ਮਨ ਤਾਂ ਰੇਟ ਤੋੜਦੇ ਨੇ, ਮਨ ਤਾਂ ਰੇਟ ਤੋੜਦੇ ਨੇ, ਮਨਜੀਤ ਸਿੰਘ ਕਿਹੜੀ ਆ ਕੋਲਡ ਕੌਫੀ ਮੋਕਾ, ਦੱਸੀ ਵੀਰੇ ਦੱਸੀ ਮਾੜਾ ਜਿਹਾ ਤੂੰ ਦੱਸ, ਅਡੇਵਲ ਤੋਂ ਦੇਖ ਕਿਹੜੀ ਕੋਲਡ ਕੌਫੀ ਆ, ਹਾਂਜੀ ਡੈਵਲ ਨਾ, ਡੈਵਲ ਤੋਂ ਦੇ ਇਹਦੇ ਉੱਪਰ ਤਾਂ ਉਹ ਹੁੰਦਾ ਮੈਨੂੰ ਲੱਗਦਾ ਹਿਸਾਬ ਕਿਤਾਬ ਜਿਹਾ, ਹਾਂਜੀ ਹਾਂ ਕਰੀਮ ਹੁੰਦੀ ਆ, ਇਹ ਨਹੀਂ ਯਾਰ ਅਸੀਂ ਸਿੰਪਲ ਕਹੋ ਪੀਣੀ ਕਰੀਮ ਵਾਲੀ, ਜਿਹੜੀ ਉੱਪਰ ਹੋਣੀ ਉਹ ਤਾਂ ਮੈਂ ਪੀਤੀ ਨਹੀਂ, ਆ ਦੇਖ ਕੋਲਡ ਕੌਫੀ ਮੋਕਾ, ਮੋਕਾ ਵੀ ਵਧੀਆ ਆ, ਸਿਗਨੇਚਰ ਕੋਲਡ ਕੌਫੀ ਵੀ ਲੈਣੇ ਆ, ਸਿਗਨੇਚਰ ਕੋਲਡ ਕੌਫੀ ਬਸ ਸਿੰਪਲ ਜੀ, ਹੋਰ ਵੈਲਵਟ ਕੌਫੀ ਵਿਆਹਾਂ ਚ ਪੀਨੇ, ਆਈਸਕ੍ਰੀਮ ਵਾਲੀ ਕਿਹੜੀ ਆ, ਆਈਸ ਕਿਊਬ ਹੋਣਗੇ, ਆਈਸਕ੍ਰੀਮ ਹੋਣਗੀ, ਅੱਛਾ ਆਈਸ ਕਿਊਬ ਹੋਣਗੇ, ਨਾ ਇਹ ਇਹ ਚ ਦੂਜੀ ਚ ਵੀਰੇ ਮੋਕਾ ਚ, ਇਹ ਟਾਈਲ ਕੌਫੀ ਵਧੀਆ ਨਹੀਂ ਕੌਫੀ, ਚਲੋ ਅਸੀਂ ਫਾਈਨਲ ਕਰਕੇ ਦੱਸਦੇ ਆ ਜੀ ਵੀ ਕਿਹੜੀ ਆ, ਨੇ ਇਹਦੇ ਉੱਤੇ ਉਹ ਕਰੀਮ ਜੀ ਹੋ ਗਈ ਨਾ, ਕੋਈ ਨਹੀਂ ਬਣੀ ਨਹੀਂ ਪਾਉਂਗੇ, ਅੱਛਾ ਦੇਖੋ ਬਾਈ ਪੌਣਾ ਘੰਟਾ ਹੋ ਗਿਆ ਸਾਨੂੰ ਬੈਠਿਆਂ ਨੂੰ, ਇਹ ਸਾਰੇ ਬੰਦੇ ਉੱਧਰ ਦੇਖ, ਕਰਮਨ ਤਾਂ ਸੌ ਰਿਹਾ, ਕਰਮਨ ਅੱਜ ਨੀਂਦ, ਅੱਜ ਦਾ ਮੇਰੇ ਪੁੱਤ ਸਾ ਅਸੀਂ ਵੀਡੀਓ ਬਣਾ ਰਹੇ ਤੇ ਨਾਲ ਨਾਲ ਰਿਹਾ ਸਾਡੇ, ਕਰਮਨ ਕਿੰਨਾ ਇੰਜੋਏ ਕੀਤਾ ਅੱਜ,
ਬਹੁਤ ਇੰਜਵਾਏ ਦੇ ਵਿੱਚ ਹੀ ਥੱਕ ਗਿਆ ਦੇਖ ਲਓ ਬਾਈ ਲਿਆ ਦੋ ਇਹ ਕਾਫੀ ਅੱਜ ਸੱਚੀ ਕਹਿ ਰਿਹਾ ਕਾਫੀ ਬਣਾਉਣਾ ਮੇਰਾ ਐਂ ਹੋ ਰਿਹਾ ਕਾਫੀ ਕਿ ਕੂਫੀ ਕੂਫੀ ਤਾਂ ਤੇਰੀ ਹੁੰਦੀ ਸਾਡੀ ਤਾਂ ਕਾਫੀ ਹੁੰਦੀ ਹੈ ਹੈ ਕਰਮਨ ਲਿੰਗ ਵਾਲਾ ਲਾ ਲੈ ਤਾਂ ਇਹ ਤਾਂ ਉਹ ਨੇ ਬਹੂ ਆ ਬਾਈ ਇਹ ਝੋਟਾ ਆ ਗਈ ਮੈਂ ਚਲਾ ਗਿਆ ਲੈ ਬਾਈ ਤੇ ਕੂਫੀਆਂ ਆ ਗਈਆਂ ਹਰਸ਼ ਗੋਤਰੇ ਦੀਆਂ ਕੂਫੀਆਂ ਜਗਮੀਤ ਬਾਸੀਆਂ ਲੈ ਰਿਹਾ ਤਾਂ ਹੀ ਮੰਗਾਈਆ ਤੈਨੂੰ ਬਾਸੀਆਂ ਨਾ ਲੈ ਚਲੋ ਚੱਕੋ ਚੱਕ ਲਓ ਬਾਈ ਸਟੋਰੀ ਪਾ ਲੈਣ ਦੇ ਗੋਤਰੇ ਨੂੰ ਯਾਰ ਸਟੋਰੀ ਪਾ ਲੈਣ ਦੇ ਯਾਰ ਹਾਏ ਹਾਏ ਓਏ ਕਹਿੰਦੇ ਨਹੀਂ ਕਹਿੰਦੇ ਨਾ ਇੰਡੀਆ ਦੇ ਵਿੱਚ ਕਹਿੰਦੇ 80 ਪਤਾ ਨਹੀਂ 90% ਕਹਿੰਦੇ ਨਾ ਖਾਂਦੇ ਪੀਂਦੇ ਵੀ ਤਾਂ ਨੇ ਲੋਕ ਘੁੰਮਦੇ ਵੀ ਤਾਂ ਨੇ ਇੱਕ ਸਟੋਰੀਆਂ ਪਾਉਣ ਦੇ ਬਾਰੇ ਗੱਲ ਸਹੀ ਹੈ ਮਾਨ ਸਾਹਿਬ ਨੂੰ ਪੜਾਓ ਬਾਈ ਸਾਡੇ ਮਾਨ ਸਾਹਿਬ ਸ਼ਰਮਾਉਂਦੇ ਨੇ ਸਾਡੇ ਫਲੈਸ਼ ਫਿਰ ਵੀਰੇ ਫਲੈਸ਼ ਕਹਿ ਕਰ ਫਲੈਸ਼ ਨਹੀਂ ਫਲੈਸ਼ ਪਹਿਲਾਂ ਬਾਈ ਇੰਸਟਾ 'ਤੇ ਲਾਈਵ ਹੋ ਕੇ ਕਹੀ ਜਾਂਦਾ ਕਹਿੰਦਾ ਮੇਰੇ ਕਹਿੰਦੇ ਕੋਈ ਫਲੈਸ਼ ਮਾਰਿਓ ਆਏ ਹਾਏ ਦਿਖਾਈ ਕਿਵੇਂ ਫੋਟੋ ਹਾਏ ਹਾਏ ਸਹੀ ਗੱਲ ਆ ਬਾਬੇ ਤੇਰੇ ਤਾਂ ਯਾਰ ਸੋਹਣੀ ਆਈ ਹੋਈ ਆ ਫੋਟੋ ਦੇਖਿਓ ਆਹ ਦੇਖੋ ਗੱਲ ਸੱਚੀ ਹੈ ਨਾ ਕਮੈਂਟ ਕਰਕੇ ਦੱਸਿਓ 80% 90 ਮੈਨੂੰ ਹਿਸਾਬ ਨਾਲ 99% ਸਟੋਰੀ ਪਾਉਂਦੇ ਨੇ ਮੈਂ ਵੀ ਕਦੇ ਕਦੇ ਪਾਉਣਾ ਆ ਆਹ ਦੇਖ ਲਓ ਪਰ ਕਦੇ ਕਦੇ ਬਹੁਤ ਘੱਟ ਪਾਉਣਾ ਮੈਂ ਚਲੋ ਮਿਲਦੇ ਹਾਂ ਜੀ ਅੱਗੇ ਲਓ ਬਾਈ ਤੇ ਟਾਈਮ ਹੋ ਗਿਆ 9:36 ਇਹ ਬੰਦੇ ਪਤਾ ਨਹੀਂ ਕੀ ਚੱਕਰ ਇਹਨਾਂ ਦੇ ਕੀ ਚੀੜਾ ਚੂੜੇ ਵਾਲੀ ਡਿਗਰੀ ਆ ਬਾਈ ਇਹ ਬੰਦੇ ਦਾ ਵਿਆਹ ਹੋਇਆ ਹੋਇਆ ਵੀ ਇਹਨਾਂ ਨੂੰ ਕੁਵਾਰਾ ਸਮਝਿਆ ਕਰੋ ਬਹੁਤ ਕਮੈਂਟ ਕਰਦੇ ਹੁੰਦੇ ਵੀ ਅਰਸ਼ ਦੇ ਦਿਲ ਤੇ ਕੀ ਹੋਇਆ ਇਹ ਵਿਆਹਿਆ ਹੋਇਆ ਬੰਦਾ ਅਰਸ਼ ਵਿਆਹਿਆ ਹੋਇਆ ਹਰਸ਼ ਗੋਤਰਾ ਵਿਆਹਿਆ ਹੋਇਆ ਕੁਵਾਰਾ ਨਹੀਂ ਹੈਗਾ ਚੰਗਾ ਜਾਣ ਓਕੇ ਠੀਕ ਆ ਓਕੇ ਬਾਈ ਠੀਕ ਆ ਬਿੱਟੂ ਓਕੇ ਚੰਗਾ ਵੀਰੇ ਮਿਲਦੇ ਆ ਠੀਕ ਆ ਲੈ ਬਾਈ ਕਰਮਨ ਸਿੰਘ ਗੇਟ ਖੋਲ ਆਪਣਾ ਖੋਲੇ ਗੇਟ ਕੁੱਤੇ ਭਕਾਈ ਕਰਕੇ ਆ ਜਾਂਦੇ ਆ ਹੋਰ ਕੁਝ ਨਹੀਂ ਬਾਈ ਲੈ ਬਾਈ ਸਿਰ ਬਹੁਤ ਜ਼ਿਆਦਾ ਦੁੱਖ ਰਿਹਾ ਬਹੁਤ ਜ਼ਿਆਦਾ ਹੱਦ ਤੋਂ ਵੱਧ ਗੋਲੀ ਵੀ ਲੈ ਲਈ ਤਾਂ ਵੀ ਠੀਕ ਹੋ ਰਿਹਾ ਤੇ ਕਰਮਨ ਤੋਂ ਸਿਰ ਘਟਾ ਰਿਹਾ ਫਟ ਰਿਹਾ ਡਿਸਪਰੀਨ ਨਾਲ ਕੋਈ ਫਰਕ ਨਹੀਂ ਪਿਆ ਹੈਗਾ।